ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਅੱਜ ਅਸੀਂ ਆਪਦੇ ਪਿੰਡ ਵੱਲੋਂ ਟਰੈਕਟਰ ਮਾਰਚ ਕੱਢ ਰਹੇ ਆ ਤੇ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਵੀ ਜਿਹੜੇ ਫਾਰਮਰ ਸਾਡੇ ਉੱਥੇ ਬਾਰਡਰਾਂ ਤੇ ਬੈਠੇ ਆ ਉਹਨਾਂ ਦਾ ਪੂਰਾ ਸਾਥ ਦੇਣ ਤੇ ਜੇ ਮੋਦੀ ਜੀ ਨੇ ਅੱਜ ਕਾਲੇ ਕਾਨੂੰਨ ਜੇ ਵਾਪਸ ਨਹੀਂ ਲਿੱਤੇ ਫਿਰ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਅਸੀਂ 26 ਤਰੀਕ ਨੂੰ ਦਿੱਲੀ 'ਚ ਟਰੈਕਟਰਾਂ ਦੀ ਮਾਰਚ ਕੱਢਾਂਗੇ। ਅੱਜ ਅਸੀਂ 250 ਤੋਂ 300 ਟਰੈਕਟਰ ਲੈ ਕੇ ਸਾਡੇ ਪਿੰਡਾਂ 'ਚੋਂ ਸਾਰੀਆਂ ਲੇਡੀਜ਼ ਬੱਚੇ ਬਜ਼ੁਰਗ ਸਾਰੇ ਜਾਣੇ ਸਾਰੇ ਪਿੰਡਾਂ 'ਚ ਗੇੜੇ ਲਾ ਕੇ ਇਹ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਵੀ ਅਸੀਂ ਉਹਨਾਂ ਦੇ ਪੂਰਾ ਨਾਲ ਹਾਂ ਅਤੇ ਅਸੀਂ ਆਈ ਟਰੈਕਟਰਾਂ 'ਤੇ ਬੈਠ ਕੇ ਸਾਰੇ ਦਿੱਲੀ ਵੀ ਜਾਵਾਂਗੇ ਜੇ ਲੋੜ ਪਈ। ਮੋਦੀ ਸਰਕਾਰ ਜਿਹੜੀ ਕੰਨਾਂ ਦੀ ਬੋਲੀ ਬਹਿਰੀ ਹੋ ਚੁੱਕੀ ਆ, ਅਸੀਂ ਉਹਦੇ ਕੰਨਾਂ ਨੂੰ ਆਵਾਜ਼ ਪਹੁੰਚਾਉਣ ਤਾਂ ਉਹਨੂੰ ਸੁੱਤੀ ਜਗਾਉਣ ਵਾਸਤੇ ਅਸੀਂ ਇਹ ਰੈਲੀ ਕੱਢ ਰਹੇ ਹਾਂ, ਟਰੈਕਟਰ ਮਾਰਚ ਕਰ ਰਹੇ ਹਾਂ, ਕਿਉਂਕਿ ਸਾਡੇ ਨਿੱਤ ਦੋ ਕਿਸਾਨਾਂ ਦੀਆਂ ਮੌਤਾਂ ਹੁੰਦੀਆਂ ਬਾਰਡਰ 'ਤੇ, ਨਿੱਤ 2 ਲੱਛਾਂ ਪੰਜਾਬ 'ਚ ਆਉਂਦੀਆਂ, ਪਰ ਮੋਦੀ ਸਰਕਾਰ ਸੈਂਟਰ ਸਰਕਾਰ ਜਮ੍ਹਾਂ ਬੋਲੀ ਪਈ ਆ, ਸੁੱਤੀ ਪਈ ਆ, ਉਹਨੂੰ ਜਮ੍ਹਾਂ ਨਹੀਂ ਗਾ। ਕਿਸੇ ਕਿਸਾਨ ਦਾ ਕਿਸਾਨਾਂ ਪੱਖੀ ਕਹਿੰਦੇ ਆ, ਪਰ ਕਿਸਾਨ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਡਗਰੂ ਤੋਂ ਜੋ ਅੱਜ ਮੋਗਾ ਬਲਾਕ 2 ਦੇ ਅਸੀਂ 14 ਪਿੰਡਾਂ ਦੇ ਵਿੱਚ ਅੱਜ ਟਰੈਕਟਰ ਮਾਰਚ ਕੱਢਣ ਜਾ ਰਹੇ ਹਾਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਸਾਡੇ 31 ਕਿਸਾਨ ਯੂਨੀਅਨ ਦੇ ਸੰਘਰਸ਼ ਕਮੇਟੀ ਨੇ ਜਿਹੜਾ ਸਾਨੂੰ ਸੱਦਾ ਦਿੱਤਾ ਸੀ ਵੀ 26 ਜਨਵਰੀ ਨੂੰ ਜੋ ਦਿੱਲੀ ਦੇ ਵਿੱਚ ਪਰੇਡ ਕਰਨੀ ਹੈ ਟਰੈਕਟਰਾਂ ਦੇ ਨਾਲ, ਅੱਜ ਅਸੀਂ ਉਹ ਟਰੈਕਟਰਾਂ ਪਰੇਡ ਦੀ ਰਹਿਸਲ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਵੀ ਅਸੀਂ 23 ਤਰੀਕ ਨੂੰ ਦਿੱਲੀ ਨੂੰ ਰਵਾਨਗੀ ਕਰਨੀ ਹੈ, ਜੋ 26 ਤਰੀਕ ਨੂੰ ਹੋਣ ਵਾਲੀ ਪਰੇਡ ਦੇ ਵਿੱਚ ਅਸੀਂ